ਸ਼ੁਰੂ ਤੋਂ ਸਾਨੂੰ ਛੋਟੇ ਹੁੰਦਿਆਂ ਤੋਂ ਸਿਖਾਇਆ ਜਾਂਦਾ ਜੀ। ਸਾਡੇ ਫਾਦਰ ਸਾਹਿਬ ਦਾਦਾ ਪੜਦਾਦਾ ਜੀ ਇਹ ਕੰਮ ਕਰਦੇ ਸੀ, ਜਿਸ ਤਰ੍ਹਾਂ ਨਾਲ ਦੀ ਨਾਲ ਪੜ੍ਹਾਈ ਕਰੀ ਜਾਂਦੇ, ਨਾਲ ਦੀ ਨਾਲ ਅਸੀਂ ਆਪਣਾ ਇਹ ਵਿਰਸਾ ਜਾਰੀ ਰੱਖਦੇ ਹਾਂ ਜੀ। ਸਭ ਤੋਂ ਪਹਿਲਾਂ ਅਸੀਂ ਵਾਰਮ ਅਪ ਹੁੰਦੇ ਹਾਂ, ਸਰੀਰ ਗਰਮ ਕਰਦੇ ਆ ਪਹਿਲਵਾਨ। ਉਸ ਤੋਂ ਬਾਅਦ ਸਰੀਆ, ਡਾਂਗਾਂ, ਗਾਡਰ ਔਰ ਕਈ ਤਰ੍ਹਾਂ ਦੇ ਮੂਵਮੈਂਟ ਆ ਜੋ ਅਸੀਂ ਕਰਦੇ ਹਾਂ। ਇਸਦਾ ਨਾਂ ਤਾਂ ਹੀ ਰੱਖਿਆ ਗਿਆ, ਇਹਦਾ ਨਾਂ ਹੈਗਾ ਜਾਣ ਦੀ ਬਾਜ਼ੀ। ਜੇ ਲੱਗ ਗਈ ਤਾਂ ਠੀਕ ਹੈ, ਨਹੀਂ ਤਾਂ ਜਾਣ ਗਈ। ਇਹ ਉਸ ਕਰਕੇ ਇਹਦਾ ਨਾਂ ਬਾਜ਼ੀਗਰ ਪੈਂਦਾ। ਜਦੋਂ ਲੋਕ ਦੇਖਦੇ ਆ, ਮਨੋਰੰਜਨ ਕਰਦੇ, ਉਹਨਾਂ ਦਾ ਬਹੁਤ ਖੁਸ਼ ਹੁੰਦੇ ਆ, ਖੁਸ਼ ਹੋ ਕੇ ਸਾਡਾ ਮਾਣ ਸਨਮਾਨ ਵੀ ਕਰਕੇ ਜਾਂਦੇ ਆ। ਸਾਡੇ ਬੱਚੇ ਵੀ ਇਹ ਕੰਮ ਸਿੱਖਣ, ਗਾਂ ਇਸ ਕੰਮ 'ਚ ਆਉਣ, ਅਤੇ ਸਾਨੂੰ ਵੀ ਖੁਸ਼ੀ ਹੋਵੇ ਵੀ ਸਾਡੇ ਬੱਚੇ ਕੰਮ ਕਰ ਰਹੇ ਇਹ ਬਾਜ਼ੀ ਦਾ, ਵੀ ਸਾਡਾ ਵਿਰਸਾ ਗਾਂ ਦੀ ਗਾਂ ਚੱਲਦਾ ਰਹੇ ਜੀ।